ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਡੇ ਚੈਨਲ ਪੰਜਾਬੀ ਵਲੌਗਰ ਸਿਮਰ ਵਿੱਚ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਦੋਸਤੋ, ਮੈਨੂੰ ਨਾ ਇੱਕ ਬਚਪਨ ਦੀ ਆਪਣੀ ਗੱਲ ਯਾਦ ਆਈ। ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀਗੇ, ਹੁਣ ਤਾਂ ਮੇਰੇ ਫਾਦਰ ਹੈ ਨਹੀਂ ਹੈ, ਨਾ ਮੇਰੇ ਮੰਮੀ ਰਹੇ ਵੇ, ਨਾ ਮੇਰੇ ਪਾਪਾ ਰਹੇ ਨੇ, ਉਹ ਦੋਨੋਂ ਹੀ ਐਕਸਪਾਇਰ ਹੋ ਗਏ ਨੇ। ਤੇ ਮਤਲਬ ਫਾਦਰ ਸਾਹਿਬ ਨੇ ਨਾ ਬਸ ਗੱਲਾਂ ਗੱਲਾਂ ਵਿੱਚ ਹੀ ਗੱਲਾਂ ਬਣਾ ਦੇਣੀਆਂ, ਗਾਣੇ ਬਣਾ ਦੇਣੇ। ਤੇ ਇੱਕ ਉਹ ਬਹੁਤ ਗਾਉਂਦੇ ਹੁੰਦੇ ਸੀਗੇ, ਆਪਣੇ ਕੋਲ ਤੇ ਬਣਾਇਆ ਵੀ ਸੀਗਾ ਉਹਨਾਂ ਨੇ, ਤੁਸੀਂ ਵੀ ਅਗਰ ਸੁਣਿਆ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ। ਉਹ ਕਹਿੰਦੇ ਹੁੰਦੇ ਸੀਗੇ, ਜਿੱਦਾਂ ਮੰਨ ਲਓ ਮੌਸਮ ਠੰਡਾ ਹੈ ਸਰਦੀਆਂ ਵਿੱਚ, ਉਹਨਾਂ ਨੇ ਕਹਿਣਾ ਅੱਜ ਸੀ ਮੌਸਮ ਬੜਾ ਹੀ ਠੰਡਾ, ਅਸੀਂ ਖੇਲਿਆ ਗੁੱਲੀ ਡੰਡਾ, ਗੁੱਲੀ ਮੇਰੀ ਏਦਾਂ ਭੱਜੀ ਸਿੱਧੀ ਇੱਕ ਦੀ ਅੱਖ ਵਿੱਚ ਵੱਜੀ, ਉਹ ਭੱਜਿਆ ਮੇਰੇ ਵੱਲ ਆਇਆ, ਮੈਨੂੰ ਫੜ ਕੇ ਲੰਬਾ ਪਾਇਆ, ਹੋ ਗਿਆ ਉਸਦੀ ਅੱਖ ਦਾ ਦੀਵਾ ਗੁੱਲ, ਇੰਨਾ ਵੱਡਾ ਮੈਂ ਲਾਇਆ ਟੁੱਲ। ਤਾਂ ਦੋਸਤੋ ਉਧਰ ਤੋਂ ਹੱਥ ਫੜ ਲਏ, ਕਿਉਂਕਿ ਕੰਨਾਂ ਨੂੰ ਲਾਏ ਹੱਥ ਕਿ ਅੱਜ ਤਾਂ ਤੁਸੀਂ ਵੀ ਨਾ ਗੁੱਲੀ ਡੰਡਾ ਖੇਲਿਓ। ਇਹ ਦੱਸਿਓ ਮੈਨੂੰ ਇਹ ਵਾਲਾ ਗਾਣਾ ਇਹ ਪਤਾ ਨੀ ਕੀ ਹੈ, ਕਿਹਨੇ ਕਿਹਨੇ ਸੁਣਿਆ ਹੈ, ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਪੰਜਾਬੀ ਵਲੌਗਰ ਸਿਮਰ ਨੂੰ ਕਰੋ ਸਬਸਕ੍ਰਾਈਬ। ਚਲੋ ਹੁਣ ਤੁਹਾਨੂੰ ਨਵੀਂ ਵੀਡੀਓ ਵਿੱਚ ਮਿਲਾਂਗੇ, ਤਦ ਤੱਕ ਆਪਣਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ ਜੀ।